ਵੀਰੋ ਅੱਜ ਤੁਹਾਨੂੰ ਬਾਪੂ ਨਾਲ ਮਿਲਾਉਣੇ ਆ ਜਿਨ੍ਹਾਂ ਨੂੰ ਜਨਮ ਤਾਂ ਮੁਸਲਮਾਨ ਪਰਿਵਾਰ ਨੇ ਦਿੱਤਾ ਅਤੇ ਪਾਲਣ ਪੋਸ਼ਣ ਆ ਜਿਹੜਾ ਉਹ ਸਿੱਖ ਪਰਿਵਾਰ ਦੇ ਵੱਲੋਂ ਕੀਤਾ ਗਿਆ। 1947 ਦੀ ਵੰਡ ਵੇਲੇ ਬਾਪੂ ਇੱਕ ਨਿੱਕਾ ਜਿਹਾ ਮਾਸੂਮ ਬੱਚਾ ਸੀ ਜਿਹੜਾ ਪਰਿਵਾਰ ਨਾਲੋਂ ਵਿਛੜ ਕੇ ਭਾਰਤ ਵਾਲੇ ਹਿੱਸੇ ਦੇ ਵਿੱਚ ਰਹਿ ਗਿਆ ਪੰਜਾਬ ਦੇ ਵਿੱਚ। ਅਤੇ ਜੇ ਦੇਖਿਆ ਜਾਵੇ ਵੀ ਇਨਸਾਨੀਅਤ ਦੇ ਆਪਾਂ ਕਹਿ ਦਈਏ ਬਹੁਤ ਵੱਡੀ ਉਦਾਹਰਨ ਤੁਹਾਡੇ ਸਾਹਮਣੇ ਅੱਜ, ਨਿੱਕੇ ਹੁੰਦੇ ਦਾ ਬਾਪੂ ਦਾ ਨਾਮ ਸਦੀਕ ਮੁਹੰਮਦ ਸੀ, ਪਰ ਜਦੋਂ ਸਿੱਖ ਪਰਿਵਾਰ ਦੇ ਵਿੱਚ ਆਇਆ ਤਾਂ ਮਾਹੌਲ ਦੇ ਅਨੁਸਾਰ ਬਾਪੂ ਦਾ ਜਿਹੜਾ ਨਾਮ ਹੈਗਾ ਉਹ ਹਜ਼ਾਰਾ ਸਿੰਘ ਰੱਖਤਾ। ਪੂਰੀ ਕਹਾਣੀ ਸੁਣਿਓ, ਵਿੱਚ ਦੀ ਇਮੋਸ਼ਨਲ ਵੀ ਹੈ, ਪਰ ਜੇ ਵੇਖਿਆ ਜਾਵੇ ਇਨਸਾਨੀਅਤ ਦੀ ਬਹੁਤ ਵੱਡੀ ਉਦਾਹਰਨ ਹੈਗੀ। ਤੁਹਾਨੂੰ ਬਾਪੂ ਦੀਆਂ ਗੱਲਾਂ ਸੁਣ ਕੇ ਪਿਆਰ ਆਊਗਾ, ਵਿਰਾਗ ਜਾਗੂਗਾ ਹੈ ਨਾ ਮਨ ਦੇ ਵਿੱਚ। ਬਹੁਤ ਸੋਹਣੀ ਕਹਾਣੀ ਹੈ, ਜੇ ਚੰਗੀ ਲੱਗੀ ਅੱਗੇ ਸਾਂਝੀ ਜ਼ਰੂਰ ਕਰ ਦਿਓ। ਅਤੇ ਬਾਕੀ ਮੈਂ ਤੁਹਾਡਾ ਜਿਹੜਾ ਆਪਾਂ ਕਹਿ ਦਈਏ ਵੀ ਸਸਪੈਂਸ ਹੈਗਾ ਜਿਹੜਾ ਉਹ ਖਰਾਬ ਨਹੀਂ ਕਰਨਾ ਚਾਹੁੰਦਾ। ਬਹੁਤ ਸੋਹਣੀ ਕਹਾਣੀ ਬਾਪੂ ਸੁਣਾਊਗਾ ਜਿਹੜੀ ਬਾਪੂ ਦੇ ਨਾਲ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬੀਤੀ ਹੈਗੀ। ਮੈਨੂੰ ਉਮੀਦ ਆ ਵੀ ਤੁਹਾਨੂੰ ਚੰਗੀ ਲੱਗੂਗੀ। ਅਤੇ ਬਾਕੀ ਦੀਆਂ ਸਾਰੀਆਂ ਗੱਲਾਂ ਆਪਾਂ ਬਾਪੂ ਦੀ ਜ਼ਬਾਨ ਤੋਂ ਸੁਣਦੇ ਹਾਂ। ਪਹਿਲਾਂ ਪਿੰਡ ਰੌਂਪਾ ਸੀ। ਅੱਛਾ, ਜਿੱਥੋਂ ਦੇ ਤੁਸੀਂ ਜੰਪ ਲਓ? ਹਾਂਜੀ ਹਾਂ। ਅੱਛਾ ਜੀ। ਅਤੇ ਗੁਜਰਾਂ ਵਾਲੇ ਹੋਏ ਇਕੱਠੇ। ਅੱਛਾ ਜੀ। ਗੁਜਰਾਂ ਵਾਲੇ ਜਦੋਂ ਇਕੱਠੇ ਹੋਏ ਅਤੇ ਉੱਥੋਂ ਦੂਜੇ ਦਿਨ ਕਹਿੰਦੇ ਵੀ ਤੁਹਾਨੂੰ ਛੱਡ ਕੇ ਆਵਾਂਗੇ। ਜਦੋਂ ਦੰਗੇ ਸ਼ੁਰੂ ਹੋ ਗਏ ਸੀ? ਦੰਗੇ ਆ। ਹਾਂ ਹਾਂ। ਗੁਜਰਾਂ ਵਾਲਿਆਂ ਤੋਂ ਫਿਰ ਜਿਹੜੇ ਹਥਿਆਰ ਮਾੜੇ ਮੋਟੇ ਕੋਈ ਸੋਟ ਪਰਚਾ ਬੁਰਛਾ ਸੀ ਉਹ ਤਾਂ ਵਢਾ ਤੇ ਸਿਰ, ਜਿਹੜੇ ਬੰਦੇ ਸਰਕਾਰ ਦੇ ਚਾਹੇ ਕੋ ਕਿਵੇਂ ਬੁੱਝ ਲਓ। ਅਤੇ ਗਿੱਲਾਂ ਦੇ ਸੰਨ 'ਚ ਅਤੇ ਕਾਂਗੜ ਦੇ ਸੰਨ 'ਚ ਉਰਲੇ ਪਾਸੇ ਸੂਗਾ, ਪਹਿਲੇ ਪਾਸੇ ਨਹਿਰ ਹੈ, ਉੱਥੇ ਫਿਰ ਕਾਫਲੇ ਸੀਗੇ, ਉੱਥੇ ਲੜਾਈ ਹੋਈ। ਜਦੋਂ ਲੜਾਈ ਹੋਈ ਅਤੇ ਬਸ ਉਤਰ ਗਏ ਅਤੇ ਕਿਵੇਂ ਕਹਿੰਦੇ ਪਾਗਲ ਜਿਹੜਾ ਕੁੱਤਾ ਹੁੰਦਾ ਪਾਗਲ ਅਤੇ ਉਹਨੇ ਤਾਂ ਮਰਨਾ ਹੀ ਹੁੰਦਾ। ਫਿਰ ਉੱਥੇ ਚੰਗੀਆਂ ਵਾਹਵਾ ਸੱਟਾਂ ਸੁੱਟਾਂ ਵੱਜੀਆਂ, ਕਈ ਕੋਈ ਮਾਰੇ ਵੀ ਬਹੁਤ ਗਏ, ਠੀਕ ਹੈ, ਐਂ ਤਾਂ ਨਹੀਂ ਵੀ ਮਾਰੇ ਨਹੀਂ, ਤੁਹਾਡੇ ਸਾਹਮਣੇ ਹੋ ਰਿਹਾ ਸੀ। ਹਾਂ। ਅਤੇ ਜਦੋਂ ਬੱਸ ਉਤਰਿਆ ਮੈਂ ਉੱਥੇ ਖਾਲ ਦੇ ਨਾਲ ਹੀ ਡਿੱਗ ਪਿਆ। ਅੱਛਾ। ਇੱਕ ਨੇ ਸੱਤ ਫਾਇਲ ਕੀਤੇ। ਅੱਛਾ। ਉਹਦਾ ਇੱਕ ਰਾਊਂਡ ਨਹੀਂ ਨਿਕਲਿਆ ਸੱਤ, ਸਿਰਫ ਤੁਹਾਡੇ ਉੱਤੇ ਸੱਤ ਫਾਇਲ, ਸਾਡੇ ਉੱਤੇ ਮੇਰੇ ਕਿਸੇ 'ਤੇ ਲੈ ਲਓ ਸੱਤ ਫਾਇਲ ਕੀਤੇ, ਉਹਨੇ ਇੱਕ ਰਾਊਂਡ ਇੱਕ ਨਹੀਂ ਨਿਕਲਿਆ ਉਹਦਾ। ਅੱਛਾ। ਕੁਦਰਤ ਨੇ। ਫਿਰ ਤਿੰਨ ਮੇਰੇ ਨਾਲ ਹੋਰ ਸੀਗੇ ਉੱਥੋਂ ਕਾਂਗੜ ਦੇ, ਉਹ ਉਹਨਾਂ ਦੇ ਛਰਲੇ ਜਿਹੇ ਵੱਜੇ ਹੋਏ ਸੀ, ਠੀਕ ਹੈ ਜੀ, ਤਿੰਨਾਂ ਦੇ ਹੀ, ਕਿਸੇ ਦੇ ਮਾੜੇ ਮੋਟੇ ਜੇ। ਅਤੇ ਕਾਂਗੜ ਪੰਦਰਾਂ ਵੀਹ ਦਿਨ ਕਾਂਗੜ ਸਮਝਦਾ ਰਿਹਾ। ਅਤੇ ਉੱਥੇ ਕਾਂਗੜ ਲੰਬਰਦਾਰ ਸੀਗਾ, ਇੱਥੋਂ ਰੌਲਾ ਉੱਥੇ ਪਿਆ, ਇਕੱਠੇ ਉੱਥੇ ਹੋ ਗਏ। ਅਤੇ ਇੱਥੋਂ ਗਏ ਸੀਗੇ ਬਚਨ ਅਤੇ ਗੀਟਣ ਅਤੇ ਇੱਕ ਉਹ ਮਾਝ ਵੀ ਮੁਖਤਿਆਰ ਸੀਗਾ, ਉਹ ਦੇਖ ਕੇ ਅਤੇ ਮੈਨੂੰ ਇਹ ਕਹਿੰਦੇ ਮੈਂ ਤੁਹਾਨੂੰ ਨਾਲ ਚੱਲਦਾ, ਬੱਚਾ ਛੋਟਾ ਜਿਹਾ ਬੱਚਾ ਦੇਖ ਕੇ। ਆਹੋ। ਮੈਨੂੰ ਕਹਿੰਦੇ ਮੈਂ ਚੱਲ ਨਾਲ ਚੱਲਦਾ। ਫਿਰ ਉਹਨਾਂ ਦੇ ਨਾਲ ਆਇਆ। ਅੱਛਾ ਜੀ। ਉੱਥੇ ਇਹਨਾਂ ਦੇ ਘਰ ਦੋ ਮਹੀਨੇ ਰਿਹਾ ਸਿਰਫ ਕੀਟਣ ਕੇ ਵੀ। ਅੱਛਾ। ਅਤੇ ਉਦੋਂ ਬਾਅਦ ਸਾਡਾ ਬਜ਼ੁਰਗ ਸੀ ਇੱਧਰ, ਸਾਡੀ ਮਾਈ। ਅੱਛਾ। ਅਤੇ ਇੱਧਰ ਆਇਆ ਅਤੇ ਫਿਰ ਇੱਥੇ ਮੇਰਾ ਜੀ ਲੱਗ ਗਿਆ ਬਸ। ਇਹੀ ਘਰੇ ਆ ਕੇ? ਹਾਂ। ਅੱਛਾ। ਉਦੋਂ ਬਾਪੂ ਤੁਹਾਡਾ ਨਾਮ ਕੀ ਰੱਖਿਆ ਹੋਇਆ ਸੀ ਪਹਿਲਾਂ ਉੱਥੇ? ਪਹਿਲਾਂ ਸਦੀਕ। ਸਦੀਕ। ਸਦੀਕ ਮੁਹੰਮਦ। ਠੀਕ ਹੈ। ਹਾਂ। ਇਹ ਬਾਪੂ ਜੀ ਉਹਨਾਂ ਨੇ ਕੀ ਨਾਮ ਰੱਖਤਾ ਫਿਰ? ਕਿਹਨੇ? ਜਦੋਂ ਆ ਗਏ ਤੁਸੀਂ ਇਹ ਘਰੇ ਆ ਗਏ ਇੱਥੇ? ਹਾਂ। ਇੱਥੇ ਮੇਰਾ ਨਾਮ ਹਜ਼ਾਰਾ ਸਿੰਘ। ਹਜ਼ਾਰਾ ਸਿੰਘ ਰੱਖਤਾ, ਨਾਮ ਵੀ ਤਬਦੀਲ ਹੋ ਗਿਆ। ਹਾਂ। ਠੀਕ ਹੈ। ਵੀ ਭਾਂਬੜ ਵੀ ਆਉਂਦੇ ਆ। ਅੱਛਾ। ਨਾਮ ਇੱਕ ਭਾਂਬੜ ਵੀ ਆ ਦਿੰਦੇ ਆ। ਉਹ ਕਿਉਂ ਕਹਿੰਦੇ ਕਿ ਬਾਪੂ ਪਿਆਰ ਨਾਲ ਹੀ ਕਹਿ ਦਿੰਦੇ? ਪਿਆਰ ਨਹੀਂ ਆ, ਗੱਲਾਂ ਨੇ ਜਿਹੜੀਆਂ, ਨਾ ਤਾਂ ਤੂੰ ਗੱਲ ਮਾ ਦੇਣਾ ਤੈਨੂੰ ਕਿੰਨੇ ਦੱਸਾਂ ਓਨਾ ਹੀ ਹੈ। ਅੱਛਾ। ਉਹ ਇੱਕ ਗੱਲ ਆ ਬਾਪੂ, ਅਸੀਂ ਪਿੰਡ 'ਚ ਪਤਾ ਕਰਕੇ ਆਇਆ, ਸਾਰਾ ਪਿੰਡ ਹੀ ਬੜਾ ਪਿਆਰ ਕਰਦਾ ਤੈਨੂੰ। ਅਤੇ ਦੋ ਵਾਰੀ ਮੈਂ ਪਾਕਿਸਤਾਨ 'ਚ ਵੀ ਆਇਆ। ਅੱਛਾ। ਹਾਂ ਠੀਕ ਹੈ। ਹਾਂ। ਅਤੇ ਉੱਥੇ ਬਾਪੂ ਫਿਰ ਮਿਲੇ ਪਹਿਲਾਂ ਵਾਲੇ ਪਰਿਵਾਰ ਨੂੰ ਜਾ ਕੇ? ਹਾਂ, ਮਿਲ ਕੇ ਆ ਜੀ। ਹਾਂ। ਅੱਛਾ। ਹਾਂ। ਫਿਰ ਉਹਨਾਂ ਨੇ ਨਹੀਂ ਕਿਹਾ ਰਹਿ ਪਓ ਤੁਸੀਂ ਜਾਂ ਕਿਵੇਂ?
ਕਹਿ ਬਸਰਾ ਹਾਂ ਮੈਂ ਕਿਹਾ ਮੈਨੂੰ ਕਿਸੇ ਚੀਤੀ ਤਲਬੀ ਨਹੀਂ ਹਾਂ ਵੀ ਇੱਥੇ ਜੀ ਲੱਗਿਆ ਹਾਂ ਜੀ ਰੰਗ ਲੱਗੇ ਨੇ ਹਾਂਜੀ ਠੀਕ ਸਾਡਾ ਮਾਂ ਨੇ ਉਸਨੇ ਜਨਮ ਦਿੱਤਾ ਇਹ ਸਾਡਾ ਮਾਂ ਪਿਓ ਪੂਰਾ ਬਣ ਗਿਆ ਹਾਂ ਰਹੀ ਪਸਦੇ ਜਿਵੇਂ ਕੋਈ ਬੱਚਾ ਗੋਦ ਲੈ ਲੇ ਕੋਈ ਹਾਂ ਬਸ ਉਦਾਂ ਦਾ ਮਾਂ ਬਣ ਗਿਆ ਹਾਂ ਤੇ ਬਾਪੂ ਜਿਹੜੇ ਉੱਧਰ ਕੀ ਟੱਬਰ ਸੀਗਾ ਜਿਹੜਾ ਉਹ ਸੀਗਾ ਹੈਂ ਉੱਥੇ ਵਾਲਾ ਟੱਬਰ ਕੌਣ ਕੌਣ ਸੀ ਉੱਥੇ ਉੱਥੇ ਇੱਕ ਭੈਣ ਸੀ ਹਾਂ ਇੱਕ ਭਰਾ ਸੀ ਅੱਛਾ ਤੇ ਜਿਹੜਾ ਪਿਓ ਮਾਂ ਮੇਰੀ ਪਹਿਲਾਂ ਹੀ ਮਰ ਗਈ ਸੀ ਚਾਰ ਕੁ ਸਾਲ ਕੋਈ ਅੱਛਾ ਜਦੋਂ ਉਹ 4 ਸਾਲ ਦਾ ਹੀ ਹੋਇਆ ਅੱਛਾ ਉਦੋਂ ਉਦੋਂ ਮਾਤਾ ਜੀ ਹੈ ਨਹੀਂ ਸੀਗੇ ਛੋਟੇ ਹਾਂ ਹੁੰਦੇ ਠੀਕ ਹੈ ਹਾਂ ਉਹਦਾ ਤਾਂ ਨਾਮ ਹੀ ਨਹੀਂ ਮੈਨੂੰ ਯਾਦ ਠੀਕ ਹੈ ਹਾਂ ਤੇ ਹੁਣ ਉੱਧਰ ਜਿਹੜਾ ਹੁਣ ਭਰਾ ਵੀ ਗੁਜ਼ਰ ਗਿਆ ਤੇ ਬਾਪੂ ਜਦੋਂ ਰੌਲਾ ਪਿਆ ਸੀ ਹਾਂ ਉਦੋਂ ਸਾਰਾ ਪਰਿਵਾਰ ਇਕੱਠਾ ਸੀਗਾ ਉਸ ਟਾਈਮ ਤਾਂ ਉਹ ਤਾਂ ਜਦੋਂ ਬੱਸ ਦੇ ਵਿੱਚ ਤੁਸੀਂ ਦੱਸਿਆ ਹੈ ਨਹੀਂ ਨਹੀਂ ਹਾਂ ਮੈਂ ਉਹ ਹੋਰ ਪਰਿਵਾਰ ਨਾਲ ਸੀ ਸਕਿਆ ਮੈਂ ਨਾ ਅੱਛਾ ਅੱਛਾ ਹਾਂ ਉਦੋਂ ਜਿਹੜੇ ਭਰਾ ਸੀਗੇ ਤੁਹਾਡੇ ਉਹ ਨਾਲ ਸੀਗੇ ਭਰਾ ਨਹੀਂ ਸੀ ਨਾਲ ਤਾਏ ਚਾਚੇ ਦੇ ਠੀਕ ਹੈ ਠੀਕ ਹੈ ਹਾਂ ਉਹ ਉਸ ਟਾਈਮ ਫਿਰ ਭਰਾ ਕਿੱਧਰ ਗਏ ਸੀ ਜਦੋਂ ਉਹ ਜਦੋਂ ਤਾਂ ਤੈਨੂੰ ਦੱਸਦਾ ਆਪ ਮਰੇ ਸੀਗੇ ਅੱਛਾ ਅੱਛਾ ਹੈਂ ਬਸ ਜਿਹਦਾ ਜਿੰਮੇ ਲੋਟ ਆਇਆ ਵੀ ਨਿਕਲ ਗਿਆ ਜਦੋਂ ਕੋਈ ਵੀ ਹੈ ਅਸਲੀ ਗੱਲ ਤਾਂ ਹਾਂ ਇਹਦਾ ਮਾਂ ਮਰ ਜੇ ਉਹਨੂੰ ਸਾਰਾ ਕੁਛ ਮਾਂ ਦੇ ਥਾਂ ਕਰਨਾ ਪੈਂਦਾ ਇਹਦਾ ਪਿਓ ਮਰ ਜੇ ਕੁੜੀ ਨੂੰ ਵੀ ਸਾਰਾ ਕੁਛ ਕਰਨਾ ਪੈਂਦਾ ਬਿਲਕੁਲ ਬਾਪੂ ਇਹ ਹੈਗਾ ਹੈਂ ਆ ਚੀਜ਼ਾਂ ਸੀ ਉਦੋਂ ਫਿਰ ਅਸੀਂ ਆਪ ਵੀ ਜੋ ਜਿੱਥੇ ਚੈੱਕ ਕਰਨਾ ਉੱਥੇ ਹੀ ਠੀਕ ਹੈ ਹੈਂ ਜਦੋਂ ਬਾਪੂ ਮੈਂ ਸਮਝ ਲਾ ਜਿਹੜੇ ਰਹਿੰਦੇ ਮੱਲੀ ਹੈ ਲਾਲ ਮੱਲੀ ਹਾਂਜੀ ਉਹ ਸੰਤ ਵੀ ਹੈਗੇ ਆ ਹਾਂਜੀ ਹੈਂ ਅਤੇ ਉਹਨਾਂ ਦੇ ਫਲੇ ਵੀ ਹੱਕੇ ਆ ਅੱਛਾ ਹਾਂ ਅਤੇ ਬਾਪੂ ਜਦੋਂ ਇਹ ਘਰ ਆਏ ਤੁਸੀਂ ਇੱਥੇ ਬਾਪੂ ਜੀ ਹੋਰਾਂ ਕੋਲ ਤਾਂ ਬਹੁਤ ਪਿਆਰ ਦਿੱਤਾ ਇਹਨਾਂ ਨੇ ਮੈਂ ਕਹਾਂ ਮੇਰੇ ਯਾਦ ਹੀ ਨਹੀਂ ਕੋਈ ਰੱਖੀ ਅੱਛਾ ਹਾਂ ਵੀ ਕੋਈ ਬਗਾਨਾ ਪਾਨ ਨਹੀਂ ਕੁਛ ਨਹੀਂ ਹਾਂ ਬਗਾਨਾ ਕੀ ਜਦੋਂ ਸਾਰਾ ਕੁਛ ਜੋ ਮੈਂ ਕਰਨਾ ਹੁਣ ਸਾਰੇ ਪਾਲੇ ਗਏ ਮੈਂ ਪਿੰਡ ਚ ਤਾਇਆ ਤਾਇਆ ਕਹਿੰਦੇ ਨੇ ਸਾਰੇ ਤਾਇਆ ਕੀ ਕਹਿੰਦੇ ਤੂੰ ਤਾਇਆ ਤਾਂ ਮੈਨੂੰ ਸਾਰੀ ਮੰਡੀ ਚ ਹੀ ਕਹਿੰਦੇ ਆ ਮੈਨੂੰ ਪਤਾ ਵੀ ਉਹ ਬਾਜੀ ਗਰਨੀਆਂ ਵੀ ਆ ਇੱਥੋਂ ਦੀਆਂ ਟੱਲੇ ਵਾਲੇ ਦੀਆਂ ਭੁੱਖਾਂ ਨਹੀਂ ਕਿਹੜਾ ਦੱਸਿਆ ਬੋਰਨੀਆਂ ਵੀ ਹੈ ਹੈਂ ਸਾਰੇ ਬਾਣੀਏ ਵੀ ਹੈ ਇੰਨੇ ਉੱਥੇ ਮੈਨੂੰ ਮਹੀਨਾ ਲੱਗ ਜਾਂਦਾ ਉੱਥੇ ਵੀ ਠੀਕ ਹੈ ਮੰਡੀ 'ਚ ਹੈਂ ਹਾਂ ਅਤੇ ਪਹਿਲੀ ਵਾਰੀ ਬਾਪੂ ਜਦੋਂ ਪਰਿਵਾਰ ਨੂੰ ਮਿਲੇ ਕਿੰਨਾ ਟਾਈਮ ਹੋ ਗਿਆ ਕਿੰਨੇ ਸਾਲ ਦੇ ਸੀ ਉਦੋਂ ਜਦੋਂ ਪਹਿਲੀ ਵਾਰੀ ਮਿਲ ਕੇ ਪਹਿਲੀ ਵਾਰ ਤਾਂ ਮੈਨੂੰ ਹੋ ਗਏ ਹੋਣਗੇ ਤਕਰੀਬਨ 30 ਵਰੇ ਦੇ ਨੇੜ ਤੇੜ ਹੋ ਗਏ ਹੋਣਗੇ ਅੱਛਾ ਅਤੇ ਦੂਜੀ ਵਾਰ ਹੋ ਗਏ ਹੋਣਗੇ 12-13 ਸਾਲ ਅੱਛਾ ਜਦੋਂ ਪਹਿਲੀ ਵਾਰੀ ਬਾਪੂ ਇਜਾਜ਼ਤ ਮਿਲੀ ਉਹ ਕਿਵੇਂ ਮਿਲੀ ਉੱਥੇ ਜਾਣ ਦੀ ਉਹ ਪਾਸਪੋਰਟ ਬਣਾ ਕੇ ਅਤੇ ਮੈਂ ਗਿਆ ਸੀਗਾ ਗੁਰਦੁਆਰਾ ਸਾਹਿਬ ਜਥੇ ਦੇ ਨਾਲ ਉੱਥੇ ਉਹਨਾਂ ਨੂੰ ਸੱਦ ਲਿਆ ਸੀ ਤੁਸੀਂ ਭਰਾਵਾਂ ਨੂੰ ਉੱਥੇ ਸੱਦ ਲਿਆ ਸੀਗਾ ਜੀ ਆਹੋ ਉੱਥੇ ਆ ਜਾਂਦੇ ਆ ਅੱਛਾ ਹਾਂ ਠੀਕ ਹੈ ਠੀਕ ਹੈ ਪਹਿਲਾਂ ਤਾਂ ਇੱਥੋਂ ਗਏ ਪੰਜਾ ਸਾਹਿਬ ਪੰਜਾ ਸਾਹਿਬ ਤੋਂ ਨਟਕਾਣੇ ਆਏ ਜੋ ਭੋਗ ਪੈ ਗਿਆ ਫਿਰ ਲਾਹੌਰ ਅੱਛਾ ਜੀ ਲਾਹੌਰੋਂ ਵਾਪਸੀ ਠੀਕ ਹੈ ਅੰਮ੍ਰਿਤਸਰ ਅਤੇ ਜਾਣੀ ਮੰਨਿਆ ਮਨ ਨਹੀਂ ਮੰਨਿਆ ਉੱਥੇ ਜੇ ਅਸਲ 'ਚ ਜਿੱਥੇ ਦਾ ਬੰਦਾ ਰਹਿੰਦਾ ਨਾ ਉੱਥੇ ਦਾ ਹੀ ਮੋਹ ਹੁੰਦਾ ਬਸ ਹਾਂ ਅਤੇ ਉਦੋਂ ਬਾਅਦ ਬਾਪੂ ਫਿਰ ਖੇਤੀ ਖੁਤੀ ਸਾਰੀ ਕਰਦੇ ਰਹੇ ਸਾਰਾ ਕੰਮ ਧੰਦਾ ਹੈ ਪਹਿਲਾਂ ਤਾਂ ਮਾਲ ਚਾਰਦੇ ਰਹੇ ਮੀਆਂ ਅੱਛਾ ਫਿਰ ਖੇਤੀ ਦਾ ਆਪਦੇ ਬੱਚੇ ਪਾਲ ਕੇ ਹਾਂ ਖੇਤੀ ਦਾ ਵਿਗਿਆ ਠੀਕ ਹੈ ਇੱਕ ਪੈਸਾ ਨਹੀਂ ਲਾਇਆ ਕੱਖ ਹਲ ਵੀ ਰੋ ਦੇ ਵਿੱਚ ਆ ਗਿਆ ਸੀਗਾ ਉੱਥੇ ਕਮਾਂ 'ਚ ਉਹ ਚਾ ਕੇ ਮਿਸਤਰੀ ਨੇ ਮਜਾਲੀ ਬਣਾ ਤੀ ਅੱਛਾ ਬਸ ਫੋਨ ਫਾਨ ਨਹੀਂ ਆਉਂਦੇ ਬਾਪੂ ਉੱਧਰੋਂ ਹੈ ਖੂਨ ਆਉਂਦੇ ਆ ਆਉਂਦੇ ਨੇ ਹਾਂ ਆਪਦੇ ਬੱਚੇ ਨੂੰ ਰੱਖਣਾ ਸੀ ਓਦਾਂ ਹੀ ਸਾਰਾ ਕੁਛ ਰਿਹਾ ਕੀਤਾ ਹੀ ਸਾਰਾ ਕੁਛ ਹੀ ਗੱਲ ਮੰਗਾ ਦੇ ਠੀਕ ਹੈ ਸਾਰੀ ਜ਼ਿੰਮੇਦਾਰੀ ਕੋਈ ਸੀ ਛੱਡੀ ਫੋਨ ਛੱਡੀ ਆ 20 ਸਾਲ ਤੋਂ ਬਾਅਦ ਹਾਂ ਜ਼ਿੰਮੇਦਾਰੀ ਕਿਸੇ ਨੇ ਆਪ ਨਹੀਂ ਆਖਿਆ ਵੀ ਕੀ ਕਰਨਾ ਕੀ ਨਹੀਂ ਕਰਨਾ ਆਪਦੇ ਆਪ ਹੀ ਕੀਤਾ ਹੈ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਬਸ ਬਹੁਤ ਕੰਮ ਕੀਤਾ ਹੈ ਹਾਂ ਅਤੇ ਕੋਈ ਹੋਰ ਬਾਪੂ ਕੋਈ ਗੱਲ ਹੁੰਦੀ ਆ ਮਨ 'ਚ ਕੋਈ ਉਦੋਂ ਦੀ ਕੋਈ ਉਹ ਵੀ ਸੁਣਾਓ ਸਾਨੂੰ ਕੋਈ ਹੁੰਦੀ ਆ ਗੱਲ ਕੋਈ ਚੇਤੇ ਆਉਣੀ ਨਹੀਂ ਦਿੱਤੀ ਭੁਲੇਖਾ ਹੀ ਕੱਢਿਆ ਮੈਂ ਚੇਤੇ ਚੋਂ ਅੱਛਾ ਹਾਂਜੀ ਸਹੀ ਪੁੱਛਦੇ ਹਾਂ ਕਦੇ ਊਂਬ ਨਹੀਂ ਯਾਦ ਕੀਤਾ ਹੁਣ ਤਾਂ ਵੀ ਕੋਈ ਇਹੋ ਜਿਹਾ ਟਾਈਮ ਆਇਆ ਸੀ ਜਾਂ ਨਹੀਂ ਆਇਆ ਸੀ ਵੀ ਊਂਬ ਨਹੀਂ ਯਾਦ ਤਾਂ ਸਮਝ ਲਓ ਉਹੀ ਗੱਲ ਤੈਨੂੰ ਤਾਂ
ਯਾਦ ਤਾਂ ਭਾਵੇਂ ਆਉਣ ਹੀ ਨਹੀਂ ਦਿੱਤਾ ਗਾ, ਜਦੋਂ ਮਾਂ ਪਿਓ ਹੀ ਬਣ ਗਿਆ ਤਾਂ ਸਾਰਾ ਕੁਛ ਭੁੱਲ ਸਾਰਾ ਹੀ ਕੁਛ ਮਿਲ ਗਿਆ। ਹਾਂ ਬਸ ਹਾਂ ਉਹੀ ਜਿਹੜਾ ਬੰਦਾ ਦੁਖੀ ਹੋਊਗਾ ਉਹੀ ਰੋਊਗਾ ਸੱਚ, ਬਸ ਹੈਨਾ। ਹਾਂ ਜਿਵੇਂ ਹੁਣ ਆਪਣਾ ਸਹੀ ਹਾਲਾਤ, ਫਿਰ ਹਾਲਾਤ 'ਚ ਰੋਣਾ ਵੀ ਕਾਹਦੇ ਵਾਸਤੇ ਜਦੋਂ ਸਹੀ ਚੱਲਦਾ ਹੈਨਾ। ਹਾਂ ਠੀਕ ਆ, ਜਦੋਂ ਖਿਆਲ ਇਹ ਤਾਂ ਜ਼ਿੰਮੇਵਾਰੀ ਜਿਹੜੀ ਕੀਤੀ ਹੈ ਇੱਧਰ ਨੂੰ ਖਿਆਲ ਹੀ ਨਹੀਂ ਕੀਤਾ, ਇੱਕ ਮੈਂ ਤਾਂ ਸਿਰਫਾ ਆਪਦਾ ਹੀ ਰੱਖਿਆ ਬਈ ਕੋਈ ਕੁਛ ਨਹੀਂ ਹੈਗਾ ਇੱਥੇ, ਬਸ ਆਹ ਹੀ ਕੁਛ ਆ ਜਿਹੜੀ ਸੱਚਾਈ ਹੈ, ਬਸ ਬਸ ਧਰਮ ਹੈ, ਬਸ ਇਹੋ ਕੁਛ ਹੈ, ਹੋਰ ਕੁਛ ਨਹੀਂ, ਕੁਛ ਨਹੀਂ। ਕੁਛ ਬਾਪੂ ਉਹ ਚੀਜ਼ ਦਾ ਹੀ ਫਰਕ ਪਿਆ ਨਾ, ਮਾਤਾ ਜੀ ਹੈ ਨਹੀਂ ਸੀਗੇ, ਨਹੀਂ ਮਾਂ ਦਾ ਮੋਹ ਬੱਚੇ ਨੂੰ ਥੋੜ੍ਹਾ ਜਿਹਾ ਤੰਗ ਕਰਦਾ, ਉਹ ਤੁਸੀਂ ਕਹਿੰਦੇ ਹੋ ਵੀ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ ਸੀ। ਹਾਂ ਹਾਂ ਉਹ ਚੀਜ਼ ਦਾ ਹੀ ਫਰਕ ਪੈ ਜਾਂਦਾ। ਇਹ ਸਾਡੀ ਮਾਂ ਦਾ ਫਰਕ ਹੀ ਨਹੀਂ ਰੱਖਿਆ, ਕੋਈ ਘਾਟ ਹੀ ਸੀਗੀ ਜਦੋਂ ਜੀ, ਕਿਉਂ ਕਿਸੇ ਚੀਜ਼ ਦੀ ਘਾਟ ਹੁੰਦੀ ਹੈ ਉਦੋਂ ਸਾਰਾ ਕੁਛ ਹੀ ਹੁੰਦਾ, ਇੱਧਰ ਲਾਜ ਦੀ ਘਾਟ ਸੀਗੀ, ਤਰਸਦੇ ਸੀਗੇ। ਹਾਂ ਜਿਹੜੇ ਬਜ਼ੁਰਗ ਸਾਡੇ ਜਾਇਆ ਕਰਦੇ ਸੀ, ਸਮਝ ਗਿਆ। ਉਦੋਂ ਬਾਅਦ ਸਾਰੀ ਪਹਿਲਾਂ ਤਾਂ ਜ਼ਮੀਨ ਹੀ ਬਸ ਧਰੀ ਜਾਂਦੇ ਸੀਗੇ, ਉਦੋਂ ਬਾਅਦ ਹੀ ਬਸ ਖੜੀ ਹੈ ਬਸ। ਫਿਰ ਵੀ ਉਹ ਕਿਵੇਂ ਕਹਿੰਦੇ ਹੁੰਦੇ ਆ ਉਹ ਸਾਡੇ ਮਾਂ ਪਿਓ ਨੇ, ਹੈਂ ਸਾਨੂੰ ਤਾਂ ਸਮਝ ਲਾ ਵੀ ਇਸ ਘਰ ਇੱਧਰਲੇ ਪਾਸੇ ਤਾਂ ਨਿਮੇੜਾ ਹੀ, ਉੱਧਰ ਲਾਲਸਾ ਨਾ ਹੀ ਕਰਾਤੀ ਸੀ। ਠੀਕ ਹੈ ਜੀ। ਹਾਂ ਜਦੋਂ ਬਾਪੂ ਜਮਾਂ ਆਏ ਆਏ ਸੀ ਜੀ ਹੁਣ ਲੈ ਕੇ ਆਏ, ਉੱਥੇ ਛੋਟਾ ਜਿਹਾ ਬੱਚਾ ਸੀਗਾ ਚਲੋ 7-8 ਸਾਲ ਦਾ, ਤੇ ਮਨ ਦੇ ਵਿੱਚ ਕੋਈ ਡਰ ਹੈਗਾ ਸੀ, ਭੈ ਹੈਗਾ ਸੀ ਉਸ ਟਾਈਮ ਜਦੋਂ ਲੈ ਕੇ ਆਏ ਸੀ? ਇੱਕ ਟਾਈਮ ਡਰ ਤਾਂ ਮੈਨੂੰ ਜਮਾਂ ਹੀ ਨਹੀਂ, ਮੈਂ ਰੱਖਿਆ ਹੀ ਨਹੀਂ। ਅੱਛਾ। ਹਾਂ ਕਿ ਉਮਰ ਹੀ ਇੰਨੀ ਅਨਭੋਲ ਸੀ ਵੀ ਬਾਹਲਾ ਪਤਾ ਹੀ ਨਹੀਂ ਸੀ, ਪਤਾ ਵੀ ਇਹ ਨਹੀਂ ਸੀਗਾ, ਬਸ ਜਿੱਥੇ ਕਿਤੇ ਤਕਲੀਫ ਵੀ ਨਹੀਂ ਆਈ, ਆਪ ਵੀ ਨਹੀਂ ਆਈ, ਭੁੱਖੇ ਰਹਿ ਗਏ ਕਿਤੇ, ਠੀਕ ਹੈ, ਸਾਰਾ ਕੁਛ ਮਿਲ ਗਿਆ, ਜਿਵੇਂ ਜਿਵੇਂ ਨਸੀਬਾ ਹੁੰਦਾ ਉਵੇਂ ਉਵੇਂ ਘੁੰਮੀ ਗਿਆ। ਹਾਂ ਆਹ ਵੀ ਕਿਤੇ ਗਲਤ ਨਹੀਂ ਫਸੇ ਤੁਸੀਂ, ਜੇ ਕੋਈ ਮੰਨ ਲਓ ਕੋਈ ਇੱਦਾਂ ਦੇ ਪਰਿਵਾਰ 'ਚ ਫਸ ਜਾਂਦੇ, ਫਿਰ ਹੋ ਸਕਦਾ ਸਾਰੀ ਉਮਰ ਇੱਦਾਂ ਹੀ ਖਾਪਦਿਆਂ ਦੀ ਲੰਘ ਜਾਂਦੀ ਹੈ ਨਾ, ਬਸ ਬਸ ਇਹ ਚੀਜ਼ ਦਾ ਫਰਕ ਪੈ। ਬਾਕੀ ਵਿਧੀ ਬਣੀ ਦੇਖੋ ਕਿੱਥੇ ਬੈਠਣਾ ਸੀ ਆ ਕੇ, ਤੇ ਉਹ ਚੀਜ਼ ਦੇ ਹੁਣ ਵੀ ਕਹਿੰਦੇ ਆ ਉਹ ਮਿਲਣ ਨੂੰ। ਅੱਛਾ। ਆਹੋ ਹਾਲੇ ਜਿਉਂਦੇ ਆ ਜੀ ਜਿਹੜੇ ਭਰਾ ਨੇਗੇ? ਭਰਾ ਸਕੇ ਹੈਗੇ। ਅੱਛਾ ਘਰੇ? ਠੀਕ ਹੈ ਠੀਕ ਹੈ। ਭੈਣ ਵੀ ਗੁਜ਼ਰ ਗਈ ਹੈ, ਭਰਾ ਵੀ ਗੁਜ਼ਰ ਗਿਆ, ਭਾਣਜੇ ਹੈਗੇ ਆ, ਭਾਣਜੀਆਂ ਹੈਗੀਆਂ। ਤੁਸੀਂ ਦੱਸਿਆ ਹੋਊ ਵੀ ਭਾਈ ਮੈਂ ਤਾਂ ਤੁਹਾਡੇ ਨਾਲੋਂ ਸੌਖਾ ਵਸਦਾ। ਹਾਂ ਠੀਕ ਹੈ, ਸੌਖੇ ਆ ਵੀ। ਅੱਛਾ। ਐਂ ਤਕਲੀਫ ਬਹੁਤ, ਮਕਾਨ ਵਧੀਆ ਵਧੀਆ ਕੰਮ ਕਰਦੇ ਆ ਆਪਦਾ, ਠੀਕ ਹੈ, ਪੈੜੀ ਪੂੜੀ ਸਾਰਾ ਕੁਛ ਹੈਗੇ। ਅੱਛਾ ਜੀ। ਹਾਂ ਕਿਹੜਾ ਪਿੰਡ ਦੱਸਿਆ ਬਾਪੂ ਉੱਥੇ ਦਾ ਤੁਸੀਂ? ਇੱਕ ਤਾਂ ਹੈਗਾ ਕੰਮ ਵਾਲੀ ਸਿੱਖਾਂ ਕੀ। ਅੱਛਾ ਜੀ। ਭੈਣ ਹੈਗੀ ਹੈ 18 ਚੱਕ 'ਚ, ਠੀਕ ਹੈ ਜੀ। ਹਾਂ ਮਾਭ ਵਾਲੀ। ਅੱਛਾ ਜੀ। ਅੱਛਾ ਇਹ ਨਨਕਾਣਾ ਸਾਹਿਬ ਦੇ ਲਵੇ ਲਾਉਣੀ ਰਹਿ ਜਾਂਦੇ ਨੇ? ਇਹ ਆਹੋ, ਠੀਕ ਹੈ, ਨਨਕਾਣਾ ਸਾਹਿਬ ਤੋਂ ਇੰਨੀ ਕੁ ਵਾਟ ਹੈ ਜਿਵੇਂ ਵਧਣੀ ਹੈ। ਅੱਛਾ। ਹਾਂ ਠੀਕ ਹੈ ਠੀਕ ਹੈ, ਇੰਨੀ ਕੁ ਪਾਰਟੀ ਉਹ ਹੈ ਬਸ, ਠੀਕ ਹੈ ਜੀ। ਹਾਂ ਬਾਬੂ ਸ਼ੁਰੂ ਤੋਂ ਹੀ ਫਿਰ ਜਿਵੇਂ ਕਹਿ ਲਓ ਵੀ ਖੇਡਣ ਤੋਂ ਲੈ ਕੇ ਹੁਣ ਤੱਕ ਪੂਰਾ ਸਾਥ ਰਿਹਾ ਬਾਪੂ ਜੀ? ਪੂਰਾ ਜੀ ਪੂਰਾ। ਮੇਰਾ ਤਾਂ ਬਾਰਥ ਵੀ ਵੈਸੇ ਬਾਟ ਦਾ ਹੀ ਹੈ, ਉਹ ਦਾੜੀ ਥੋੜ੍ਹੀ ਜਿਹੀ ਚਿੱਟੀ ਛੇਤੀ ਹੋ ਗਈ ਕਰਕੇ ਲੱਗਦਾ, ਹਰੇਕ ਬੰਦੇ ਮੈਨੂੰ ਕਹਿ ਜਾਂਦਾ ਵੀ ਉਮਰ ਬਹੁਤ ਜ਼ਿਆਦਾ। ਮੈਂ ਗੱਲ ਕਰਦਾ, ਮੈਂ ਤਾਂ ਪਿਓ ਇਹਦਾ ਪਾਲਿਆ। ਅੱਛਾ। ਉਹ ਛੋਟਾ ਜਿਹਾ ਸੀ ਉਹਦਾ? ਉਹ ਸਾਲ ਦਾ ਸੀ ਉਹ। ਸਾਰਾ ਕਾਰੋਬਾਰ ਹੀ ਇਹਨਾਂ ਕੋਲੇ ਸੀਗਾ, ਮੱਝਾਂ ਵੀ ਚਾਰੀਆਂ, ਖੇਤੀ ਵੀ ਇਹਨਾਂ ਨੇ ਹੱਥੀ ਕੀਤੀ ਹੈ, ਕਈਆਂ ਨੇ ਦੱਬ ਪੱਟੀ ਹੈ, ਦੱਬ ਵੀ ਬਹੁਤ ਜ਼ਿਆਦਾ ਹੁੰਦੀ ਸੀ ਸਾਡੇ ਦੱਸਦੇ ਖੇਤਾਂ ਦੇ ਵਿੱਚ। ਠੀਕ ਹੈ, ਹੁਣ ਸਾਨੂੰ ਤਾਂ ਕੀ ਪਤਾ, ਜਾਣੀ ਹਿਸਾਬ ਦਾ ਬਣਿਆ ਬਣਾਇਆ ਸਾਂਭਿਆ, ਠੀਕ ਹੈ ਨਹੀਂ। ਮੈਂ ਤਾਂ 76 ਦੇ ਵਿੱਚ ਖੇਤੀ ਕਰਨ ਲੱਗਿਆ, ਉਦੋਂ ਪਹਿਲਾਂ ਪੜ੍ਹਾਈ ਕੀਤੀ ਹੈ, 10ਵੀਂ ਮੈਟ੍ਰਿਕ ਕਰਕੇ ਫਿਰ ਖੇਤੀ 'ਚ ਲੱਗ ਗਏ ਸੀਗੇ, ਅਤੇ ਉਦੋਂ ਤੋਂ ਵੀ ਸਾਡੇ ਨਾਲ ਪੂਰਾ ਸਾਥ ਦਿੰਦੇ, ਅਜੇ ਵੀ ਸਾਡੇ ਜਿੰਨਾ ਕੰਮ ਕਰਦੇ, ਜਿੰਨਾ ਅਸੀਂ ਕਰਦੇ ਹਾਂ, ਸਾਡੇ ਨਾਲ ਪੂਰਾ ਵਾਧੀ ਕਰ ਜਾਂਦੇ। ਹਾਂਜੀ, ਰਹਿ ਲੈ ਲੈ ਕੇ ਬਜ਼ੁਰਗ ਆ ਫਿਰ ਵੀ ਸਾਡੇ, ਹੁਣ ਇਹਨਾਂ ਨੂੰ ਪੁੱਛਾਂਗੇ, ਹੋਰ ਅਸੀਂ ਕਿਹਨੂੰ ਪੁੱਛਾਂਗੇ। ਸਹੀ ਗੱਲ ਹੈ ਜੀ, ਬਹੁਤ ਸੋਹਣਾ ਰਿਸ਼ਤਾ ਰਿਹਾ, ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਪਿੰਡ 'ਚ ਤੁਹਾਨੂੰ ਵੈਸੇ ਉਦੋਂ ਛੋਟੇ ਹੁੰਦਿਆਂ ਨੂੰ ਦੱਸਦੇ ਹੋਣਗੇ ਵੀ ਇੱਦਾਂ ਕਰਕੇ ਆਏ, ਕਿ ਉਦੋਂ ਕੋਈ ਨਹੀਂ ਸੀ? ਨਹੀਂ, ਸਾਡੀ ਦਾਦੀ ਨੇ ਵੀ ਦੱਸਤਾ ਸੀ, ਐਨੀ ਕੋਈ ਗੱਲ ਹੈ, ਪਤਾ ਹੀ ਸੀ ਸਾਨੂੰ, ਪਿੰਡ 'ਚ ਉਦੋਂ ਪਤਾ ਲੱਗ ਹੀ ਜਾਂਦਾ ਵੈਸੇ। ਕਿਉਂ ਤਾਂ ਇੱਥੇ ਉਦੋਂ ਲੈਣ ਵੀ ਆਏ ਸੀਗੇ? ਅੱਛਾ। ਉਹ ਪਹਿਲੀਆਂ 'ਚ ਕਿਤੇ ਸਾਥੋਂ ਤੋਂ ਪਹਿਲਾਂ ਦੀ ਗੱਲ ਆ, ਉਦੋਂ ਕਿਤੇ ਆਏ ਹੋਣੇ ਆ ਪਾਕਿਸਤਾਨ ਤੋਂ। ਅੱਛਾ। ਹੈਂ, ਚੌਂਕੀਦਾਰ ਆ ਗਿਆ ਤੇ ਪੁਲਿਸ ਵਾਲਾ ਆ ਗਿਆ ਇੱਕ। ਅੱਛਾ, ਫਿਰ ਬਾਪੂ ਕੀ ਮਾਹੌਲ ਬਣਿਆ? ਹੈਂ, ਫਿਰ ਕੀ ਮਾਹੌਲ ਬਣਿਆ ਜਦੋਂ ਲੈਣ ਆ ਗਏ ਸੀਗੇ? ਘਰੇ ਆਇਆ ਪੁਲਿਸ ਵਾਲਾ। ਅੱਛਾ। ਹੈਂ,
जो पुलिस वाले घर आया तो मैं उन्होंने धक्का दे के उन्होंने धक्का देता अच्छा तो मैं भज गया अच्छा भी कई बार धक्के ना ले जाए है धक्के ना ले जाए हाँ वो पिंड च बैठे धर्मशाला चुलिस पुलिस तो पुलिस वाले भी तो मैं खेत जा बड़िया ठीक है बस सरकार ने फिर भी कर दी कि तो पहली यार क्या पर दित्ती नहीं डाव आपू में आया नहीं हाथ थेट चौकीदार चौकीदार की कहना सी हां हां मेटी साहब को वहां मरी है चौकीदार बेचारा पीछे हो गया उन्हें की रहना लगा भी तो खुशी नाल रह रहे फिर तो कोई कहना धक्का कर भी नहीं चौकीदार कहना भी कुछ नहीं ना वो तो पिंड का बंदा हां 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 जी अच्छा और जाके रास्ता भी उठ गया टर गया हां खेत होने से 4 किलोमीटर बाद है उते हुन पुलिस कहते जावे सही गल है हां ਪੂਰੀ 4 ਕਿਲੋਮੀਟਰ ਪੈ ਜਾਣੀ ਘਰ ਤੋਂ ਅੱਛਾ ਜੀ ਹਾਂਜੀ ਪਹਿਲਾਂ ਘਰ ਸਾਡਾ ਪਿੱਛੇ ਸੀਗਾ ਪਿੰਡ ਦੇ ਵਿੱਚ ਠੀਕ ਹੈ ਜੀ ਹਾਂ ਉੱਤੇ ਹੀ ਤਾਂ ਜਗ੍ਹਾ ਥੋੜੀ ਜਿਹੀ ਸਾਡੇ ਕੋਲੇ ਕਰ ਕਈ ਯਾਰ ਮਾਮਲ ਮੂਮਣ ਵੀ ਪੁੱਛਣ ਲੱਗ ਜਾਂਦੇ ਆ ਹਾਂ ਹੈ ਤੇ ਕਿਹੜਾ ਪੁੱਛਣ ਲੱਗ ਗਏ ਤੂੰ ਤੈਨੂੰ ਤੇਰੇ ਤੇ ਕਿਹੜਾ ਹੋਊਗਾ ਹੈ ਮੈਂ ਕਿਹਾ ਜੇ ਮੀਂਹ ਪੈਂਦਾ ਹੈ ਤੇ ਪਾਣੀ ਬਿਜਲੀ ਤੁਰ ਜੇ ਤੇ ਇਹ ਉੱਚੇ ਥਾਂ ਮੈਂ ਤਿਲਕਾਂ ਗਈ ਜੇ ਮੀਂਹ ਪੈਂਦਾ ਬਿਜਲੀ ਪਾਣੀ ਦੇਣਾਂਗੇ ਜੇ ਬਚ ਦੇਣਾ ਅਤੇ ਮੈਂ ਕਿਹਾ ਇਹ ਚੀਜ਼ ਜਿਹੜੀ ਹੈ ਇਹ ਗਾਂ ਹੀ ਤੁਰਦੀ ਹੁੰਦੀ ਕਿ ਵਿਛਾਂ ਵੀ ਮੁੜੇ ਆਉਂਦੀ ਹੈ ਬਾਹਮਣ ਨੂੰ ਆਖਿਆ ਅੱਛਾ ਕਹਿੰਦਾ ਵਿਛਾਂ ਵੀ ਮੁੜੇ ਆਉਂਦੀ ਹੈ ਮੈਂ ਕਿਹਾ ਬਸ ਫਿਰ ਅਤੇ ਇੱਕ ਗੱਲ ਹੋਰ ਵੀ ਹੈ ਨਾ ਬਾਪੂ ਵੀ ਇਹ ਜ਼ਰੂਰੀ ਨਹੀਂ ਹੈਗਾ ਵੀ ਬੰਦਾ ਕਿਹੜੇ धर्म हालात है मुसलमान है मुसलमान बनना बहुत औखा है समझ गया है जन्म जो लें कोई नहीं गा शरा है जो आप अमृत छक लिया ਕਈ ਸਹੂਲਾਂ 'ਤੇ ਹੋਵੇ ਫਿਰ ਸਿੱਖੀ ਹੈ ਜਿਹੜੇ ਸਾਰੇ ਸਹੂਲ ਵਰਤੇ ਮੁਸਲਮਾਨ ਉਹ ਹੈ ਜਿਹੜਾ ਸਾਰੇ ਨਮਾਜ਼ਾਂ ਆਪਣੀ ਪੜ੍ਹਦਾ ਸਾਰੀਆਂ ਕਰਦਾ ਹਿੰਦੂ ਉਹ ਹੈ ਜਿਹੜਾ ਆਪਦਾ ਸਾਰਾ ਕੁਛ ਕਰਦਾ ਤਾਂ ਹੀ ਉਹ ਹੈ ਗੱਲ ਤਾਂ ਇਹ ਹੁਣ ਗੱਲਾਂ ਤਾਂ ਕਈ ਬਾਲੀਆਂ ਹੋ ਜਾਂਦੀਆਂ ਕਿ ਆਪਾਂ ਤੁਰੇ ਫਿਰਦੇ ਹਾਂ ਹਰੇਕ ਬੰਦਾ ਮਾਇਆ ਦੇ ਜਾਲਾਂ 'ਚ ਫਸਿਆ ਪਿਆ ਹਾਂ ਰੌਲੇ ਪੈਂਦੇ ਹੀ ਨਹੀਂ ਜੇ ਜਾ ਕੇ ਨਾ ਫਸੇ ਕੋਈ ਰੌਲਾ ਪਊਗਾ ਜਿਹੜੀ ਇਹ ਵੰਡ ਕੀਤੀ ਆ ਉਦੋਂ ਇਹ ਵੰਡ ਵੀ ਪਹਿਲਾਂ ਉਦੋਂ ਕ੍ਰਾਂਤੀਕਾਰ ਚੱਲਦੀ ਸੀ ਉਸ ਟਾਈਮ 'ਚ ਸਾਰੇ ਅੰਗਰੇਜ਼ਾਂ ਦੇ ਬਰਖਰਾਬ ਲੜੇ ਆ ਅਤੇ ਜਦੋਂ ਇਹ ਵੰਡ ਕਰਤੀ ਇੱਕ ਕੁੜੀ ਲਾਹੌਰ ਸੀਗੀ ਲਾਹੌਰ ਬੰਗਾਂ ਚੜਾਉਣ ਗਈ ਸੀ ਅੱਛਾ ਜਦੋਂ ਕੰਮ ਚੱਲਿਆ ਜਦੋਂ ਬੰਗਾਂ ਚੜਾਉਣ ਗਈ ਤਾਂ ਉਹਦੇ ਮਗਰ ਸੰਡੇ ਲੱਗ ਗਈ ਉਹ ਥਾਣੇ 'ਚ ਆ ਗਈ ਅੱਛਾ ਡਰਾਇਰ ਜਿਹੜਾ ਸੀਗਾ ਅੰਗਰੇਜ਼ਾਂ ਦਾ ਅਤੇ ਉਹ ਕਹਿੰਦਾ ਭਾਈ ਹੁਣ ਤਾਂ ਨਹੀਂ ਕੁਛ ਕਹਿੰਦੇ ਤੂੰ ਜਾ ਅੱਛਾ ਫਿਰ ਉਹ ਜਿਹੜੇ ਸੰਡੇ ਸੀਗੇ ਉਹਨਾਂ ਨੂੰ ਕਹਿੰਦੇ ਵੀ ਕੁੜੀ ਨੂੰ ਮਾਰ ਦੇ ਅਤੇ ਆਪਣੀ ਇਹ ਗੱਲ ਫੈਲੂਗੀ ਉਹਨਾਂ ਨੇ ਫਿਰ ਜਦੋਂ ਤੁਰ ਗਈ ਥੋੜ੍ਹੀ ਜਿਹੀ ਵਾਟ ਉਹਨਾਂ ਨੇ ਕੁੜੀ ਉਹ ਮਾਰਤੀ ਅੱਛਾ ਜੀ ਫਿਰ ਕੋਈ ਆਖੇ ਕ੍ਰਾਂਤੀਕਾਰਾਂ ਨੇ ਮਾਰਤੀ ਕੋਈ ਆਖੇ ਮੁਸਲਮਾਨਾਂ ਨੇ ਮਾਰਤੀ ਕੋਈ ਆਖੇ ਸਿੱਖਾਂ ਨੇ ਮਾਰਤੀ ਉਹ ਚੀਜ਼ ਤੋਂ ਚੱਲਿਆ ਫਿਰ ਚੱਲੇ ਆ ਜਿਹੜੇ ਆਹ ਸਾਈ ਸੂਈ ਸੀਗੇ ਡੇਰਿਆਂ ਡੂਰਿਆਂ 'ਚ ਇਹ ਲੁਟੇਰੇ ਸੀਗੇ ਉਹ ਸਾਈ ਮਾਰੇ ਹੈਂ ਜਿੱਥੋਂ ਜਿੱਥੋਂ ਕਿਸੇ ਸੀਗਾ ਈਰਖਾ ਵੱਧਦਾ ਗਿਆ ਜੀ ਈਰਖਾ ਹੁਣ ਵੀ ਉਹ ਚੀਜ਼ ਹੈ ਹੁਣ ਵੀ ਉਹ ਚੀਜ਼ ਬਣੀ ਤੁਰਦੀ ਹੋਈ ਬਣਦੀ ਹੈ ਇਹ ਤੇਰੇ ਕੋਲ ਹੈ ਬਿਲਕੁਲ ਜੀ ਹਾਂ ਜਿਹੜੀ ਲਿਖਤ ਹੈ ਇਹ ਮਿਲਦੀ ਨਹੀਂ ਗੀ
ਬਸ ਉਹੀ ਵੰਡ ਪਾਉਣ ਲਈ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਇਹ ਹੋਰ ਤਾਂ ਇਹਦੇ ਉੱਤੇ ਤਾਂ ਕੁਛ ਨਹੀਂ ਜੇ ਦੇਖਿਆ ਜਾਵੇ ਉਹ ਜੋ ਕਾਂਗਰਸ ਤੇ ਡਰਾਮੇ ਕਰਦੀ ਹੁੰਦੀ ਸੀਗੀ ਠੀਕ ਹੈ ਹਾਂ